ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕੇਂਦਰ ਸਰਕਾਰ ਇਹਨਾਂ ਲੋਕਾਂ ਨੂੰ ਦੇਣ ਜਾ ਰਹੀ ਹੈ ਇਹ ਬਹੁਤ ਵੱਡਾ ਤੋਹਫਾ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਲੇਬਰ ਮੰਤਰਾਲੇ ਨੇ ਅਗਲੇ ਵਿੱਤੀ ਸਾਲ ਤੋਂ ਨਵਾਂ ਲੇਬਰ ਕਾਨੂੰਨ ਲਾਗੂ ਕਰਨ ਦੀਆਂ ਤਿਆਰੀਆਂ ਜੁਟਾਲੀਆਂ ਹਨ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਲੇਬਰ ਬਾਜ਼ਾਰ ਚ ਕਈ ਨਵੇਂ ਅਤੇ ਬਿਹਤਰ ਨਿਯਮ ਲਾਗੂ ਹੋਣਗੇ ਇਸ ਦੇ ਨਾਲ ਹੀ ਸਰਕਾਰ ਨਵੇਂ ਲੇਬਰ ਕਾਨੂੰਨਾਂ ਕਰਨ ਪੈਦਾ ਹੋਣ ਵਾਲੀਆਂ ਅਸ਼ੰਕਾਵਾਂ ਦਾ ਹੱਲ ਕੱਢਣ ਦਾ ਵੀ ਕਵਾਇਦ ਕਰ ਰਹੀ ਹੈ ਜਾਣਕਾਰੀ ਅਨੁਸਾਰ ਸਰਕਾਰ ਨਵੇਂ ਕਾਨੂੰਨਾਂ ਚ ਓਵਰਟਾਈਮ ਦੇ ਲਈ ਮੌਜੂਦ ਸਮਾਂ ਸੀਮਾ ਨੂੰ ਬਦਲ ਸਕਦੀ ਆ ਨਵੇਂ ਲੇਬਰ ਕਾਨੂੰਨ ਦੇ ਤਹਿਤ ਨਿਧਾਰਤ ਸਮੇਂ ਤੋਂ 15 ਮਿੰਟ ਵੀ ਜ਼ਿਆਦਾ ਕੰਮ ਕਰਨ ਤੇ ਕਰਮਚਾਰੀ ਲਈ ਓਵਰਟਾਈਮ ਮੰਨੇ ਜਾਣਗੇ ਇਸ ਤੋਂ ਬਾਅਦ ਕੰਪਨੀਆਂ ਨੂੰ ਓਵਰਟਾਈਮ ਦਾ ਭੁਗਤਾਨ ਕਰਨਾ ਹੋਵੇਗਾ ਕੰਮਾਂ ਦੇ ਨਿਰਧਾਰਤ ਸਮਾਂ ਪੂਰਾ ਹੋਣ ਤੇ ਕਰਮਚਾਰੀਆਂ ਦੇ 15 ਮਿੰਟ ਵੀ ਵਧੇਰੇ ਕੰਮ ਕਰਨ ਨਾਲ ਕੰਪਨੀ ਨੂੰ ਵਾਧੂ ਭੁਗਤਾਨ ਦੇ ਲਈ ਵਚਨਬੱਧ ਹੋਣਾ ਪਵੇਗਾ ਦੱਸਦੀ ਹੈ ਮੌਜੂਦਾ ਕਾਨੂੰਨ ਵਿੱਚ ਘੱਟੋ ਘੱਟ ਅੱਧੇ ਘੰਟੇ ਦਾ ਵਾਧੂ ਕੰਮ ਓਵਰਟਾਈਮ ਲਈ ਯੋਗ ਮੰਨਿਆ ਜਾਂਦਾ ਸੀ ਅਧਿਕਾਰੀਆਂ ਅਨੁਸਾਰ ਮੰਤਰਾਲਾ ਸਾਰੇ ਹਿੱਸੇਦਾਰਾਂ ਦੇ ਵਿਚਾਰ ਸੁਝਾ ਅਤੇ ਟਿੱਪਣੀਆਂ ਲੈਣ ਦੇ ਨਾਲ-ਨਾਲ ਨਵੇਂ ਕਿਰਤ ਕਾਨੂੰਨਾ ਬਾਰੇ ਵੀ ਵਿਚਾਰ ਕਰ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਕਿਰਿਆ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ ਇਸ ਤੋਂ ਬਾਅਦ ਨਵੇਂ ਕਾਨੂੰਨਾ ਨੂੰ ਲਾਗੂ ਕਰਨ ਦੀ ਕਵਾਇਦ ਸ਼ੁਰੂ ਹੋ ਜਾਵੇਗੀ ਨਵੇਂ ਲੇਬਰ ਕਾਨੂੰਨਾ ਤਹਿਤ ਕੰਪਨੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਰੇ ਕਰਮਚਾਰੀਆਂ ਨੂੰ ਪੀਐਫ ਅਤੇ ESI ਵਰਗੀਆਂ ਸਹੂਲਤਾਂ ਮਿਲਣ ਕੋਈ ਵੀ ਕੰਪਨੀ ਅਜਿਹਾ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ ਭਾਵੇਂ ਕਰਮਚਾਰੀ ਠੇਕੇਦਾਰ ਦੁਆਰਾ ਰੱਖੇ ਗਏ ਹੋਣ ਜਾਂ ਕਿਸੇ ਤੀਜੀ ਧਿਰ ਦੁਆਰਾ ਇਸ ਤੋਂ ਇਲਾਵਾ ਇਕrarਨਾਮਾ ਜਾਂ ਤੀਜੀ ਧਿਰ ਦੇ ਕਰਮਚਾਰੀਆਂ ਨੂੰ ਵੀ ਪੂਰੀ ਤਨਖਾਹ ਮਿਲਦੀ ਆ ਇਹ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ